ਪਹਿਲਾਂ ਇਸ ਕੈਮਰੇ ਨੂੰ ਦਬਾਓ ਪਾਇਆ ਔਰ ਦੂਸਰਾ ਜਿਹੜਾ ਕੈਮਰੇ ਨੂੰ ਉਹਨੇ ਚਿਮਟੇ ਦੇ ਨਾਲ ਉਹ ਕੈਮਰੇ ਦੇ ਜਿਹੜਾ ਮੁੱਖ ਮਾਰਤਾ ਤਾਂ ਕਿ ਉਹ ਪਤਾ ਨਾ ਲੱਗੇ ਵੀ ਕਿਹੜਾ ਵਿਅਕਤੀ ਹੈ। ਉਹਨੂੰ ਇਹ ਪਤਾ ਨਹੀਂ ਲੱਗਾ ਵੀ ਉੱਧਰ ਕੈਮਰਾ ਪਿਆ, ਉੱਧਰ ਧਿਆਨ ਨਹੀਂ ਗਿਆ ਉਹਦਾ, ਪਰ ਉਹਨੇ ਇਸ ਕੈਮਰੇ ਨੂੰ ਘੁਮਾਤਾ। ਠੀਕ ਹੈ, ਬੜਾ ਉਹਨੇ ਜਲਦਬਾਜ਼ੀ ਵਿੱਚ ਨਹੀਂ, ਡੇਢ ਘੰਟਾ ਲਗੋ ਦਾ ਅੰਦਰ ਰਿਹਾ ਔਰ ਰਹਿ ਕੇ ਔਰ ਬੜੇ ਆਰਾਮ ਨਾਲ ਚੋਰੀ ਕਰਕੇ ਅਤੇ ਉਹਨੇ ਮਾਚਿਸ ਤਿੰਨੀਆਂ ਨੇ ਕਿਉਂਕਿ ਉਹਦੀ ਲਾਈਟ ਘੱਟ ਸੀ, ਤਿੰਨੀਆਂ ਬਾਲ ਕੇ ਉਹਨੇ ਮਤਲਬ ਕਿ ਚੋਰੀ ਕੀਤੀ ਆ। ਅਸੀਂ ਸਮਝਦੇ ਹਾਂ ਕਿ ਗੁਰੂ ਮਾਤਾ ਦੀ ਬੜੀ ਕਿਰਪਾ ਰਹੀ ਆ ਅਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਰਿਹਾ ਉਹਦੀ ਬੇਅਦ ਵੀ ਨਹੀਂ ਹੋਈ, ਉਹ ਇਸ ਤੋਂ ਬਚਾ ਰਿਹਾ। ਇਹ ਰੋਡ ਉਹਨੇ ਜਿਹੜੇ ਮਾਈਕ ਹੁੰਦੇ ਸਟੈਂਡ ਦੇ ਉਹਨਾਂ ਨੂੰ ਖੋਲ੍ਹ ਕੇ ਤੋੜ ਕੇ ਫਟਾਫਟ ਅਤੇ ਕਰਕੇ ਤੋਂ ਉਹਨੇ ਜਿਹੜਾ ਮਰਜਗ ਖੋਲ੍ਹਿਆ ਔਰ ਉਹਨੇ ਜਿਹੜਾ ਗਲਾ ਵੀ ਤੋੜਿਆ। ਪਹਿਲੇ ਨਾ ਕਦੇ ਮੂਰਤੀ ਦੇ ਪਾਸੇ ਇਹਨਾਂ ਗਲਾ ਤੋੜਿਆ ਨਾ ਉਹਨੇ, ਇਹਨਾਂ ਤੋੜ ਕੇ ਗਲਾ ਤੇ ਇਹ ਸਟੈਂਡ ਦੇ ਲੱਗੇ ਆਹ ਯਾਰ ਉਹ ਦਿਖਾਓ ਭਾਈ ਜੀ ਇਹਨੇ ਪਾਇਆ ਪਾਣੀ ਛੱਡ ਗਿਆ ਹਾਂਜੀ ਮੈਡਮ ਬਰੇਕ ਕਰ ਦਿਓ ਭਾਅ ਜੀ ਕਿੰਨੇ ਵਜੇ ਦਾ ਟਾਈਮ ਭਾਅ ਜੀ ਕੁਛ ਠੀਕ ਹੈ ਇੱਧਰ ਦੇਖਿਓ ਭਾਅ ਜੀ ਕਿਹੜੀ ਜਗ੍ਹਾ ਜਿਹੜੀ ਆ ਚੋਰੀ ਦੀ ਵਾਰਦਾਤ ਹੋਈ ਹੈ ਜੀ, ਕਿਹੜੀ ਜਗ੍ਹਾ ਜਿਹੜੀ ਘਟਨਾ ਹੋਈ ਚੋਰੀ ਦੀ? ਸ੍ਰੀ ਗੁਰਦਾਸ ਭਵਨ ਦੇ ਗਰੋਹ ਜਲੰਧਰ ਜੀ, ਜਿੱਥੇ ਚਾਰ ਚੋਰੀਆਂ ਹੋ ਚੁੱਕੀਆਂ ਅਜੇ ਤੱਕ ਸੁਰਾਗ ਨਹੀਂ ਮਿਲਿਆ। ਠੀਕ ਹੈ ਜੀ, 3-4 ਸਾਲ ਹੋ ਗਏ ਸਿਲੰਡਰ ਚੱਕੇ ਤੋਂ, ਉਹ ਅਜੇ ਤੱਕ ਨਹੀਂ ਮਿਲਿਆ, ਉਹਦਾ ਸੁਰਾਗ ਨਹੀਂ ਕੋਈ ਮਿਲਿਆ। ਮੋਟਰਸਾਈਕਲ ਚੱਕੇ ਗਏ ਇੱਥੋਂ, 2-3 ਸਾਈਕਲ ਚੱਕੇ ਗਏ ਜੀ। ਉਸ ਤੋਂ ਬਾਅਦ ਤੀਜੀ ਚੋਰੀ, ਇੱਕ ਚੋਰ ਫਿਰ ਚੋਰ ਕਰ ਰਿਹਾ ਸੀ, ਉਹਦੀ ਚੋਰੀ ਲੱਗੀ ਨਹੀਂ ਉੱਥੋਂ, ਉਸ ਤਕਰੀਬਨ ਦਰਵਾਜ਼ਾ ਖੋਲ੍ਹ ਕੇ ਡਰ ਕੇ ਦੌੜ ਕੇ ਚਲਾ ਗਿਆ। ਅਤੇ ਆਹ ਜਿਹੜੀ ਚੋਰੀ ਹੋਈ ਹੈ ਇਹ ਤਕਰੀਬਨ ਸਾਨੂੰ ਅਸੀਂ ਉੱਥੇ ਤੇ ਆਰਾਮ ਕਰਦੇ ਸੀਗੇ, ਜਿਹੜੇ ਜਿਹੜੇ ਡੋਗੀ ਰੱਖਿਆ ਕੁੱਤਾ ਇੱਕ ਟਾਈਗਰ ਉਹਦਾ ਨਾਂ ਆ ਜੀ, ਉਹ ਭੌਂਕਦਾ ਸੀ ਬਹੁਤ, ਟਾਈਗਰ ਵਿੱਚ ਕੋਈ ਨਾ ਕੋਈ ਗੱਲ ਜ਼ਰੂਰ ਹੋਣੀ ਆ, ਜਿਹੜਾ ਕੁੱਤਾ ਭੌਂਕ ਰਿਹਾ ਇਹਨਾਂ ਕੁੱਤਾ ਇੱਧਰ ਭੌਂਕ ਕੇ ਦੌੜ ਕੇ ਫਿਰ ਉਹ ਕੋਠੇ 'ਤੇ ਚੜਿਆ। ਕੋਠੇ 'ਤੇ ਅਸੀਂ ਤਕਰੀਬਨ 2:15 ਵਜੇ ਉਤਰੇ ਹਾਂ, ਹੱਥ ਵਿੱਚ ਡੰਡਾ ਲੈ ਕੇ ਆਏ ਕਿ ਪਤਾ ਨਹੀਂ ਹੁੰਦਾ ਕਿਸੇ ਦਾ ਕੀ ਕੁਛ ਮਾਰ ਦੇਵੇ ਕੋਈ, ਅਤੇ ਜਿਹੜੇ ਡੰਡਾ ਖੜਕਾਇਆ ਅਤੇ ਉਹ ਮੈਨੂੰ ਲੱਗਦਾ ਵੀ ਉਸ ਵੇਲੇ ਭੱਜ ਗਿਆ ਉਹ। ਅਬੇ ਕਿੰਨੇ ਜਾਣੇ ਟੋਟਲ? ਇਹ ਨਹੀਂ ਪਤਾ ਜੀ, ਇੰਨੇ ਪਤਾ ਹੁੰਦਾ ਨਹੀਂ ਕਰੀਬ ਉਹ ਕਿੰਨੇ ਜਾਣੇ ਸੀ? ਕਰੀਬ ਦਾ ਕੋਈ ਪਤਾ ਨਹੀਂ ਮੈਨੂੰ। ਕੈਮਰੇ 'ਚ ਕਿੰਨੇ ਬੰਦੇ ਨਜ਼ਰ ਆ ਰਹੇ? ਕੈਮਰੇ 'ਚ ਇੱਕ ਹੀ ਆ ਰਿਹਾ, ਇੱਕ ਨਜ਼ਰ ਆ ਰਿਹਾ। ਕਰੀਬ ਕਿੰਨਾ ਕੁ ਨੁਕਸਾਨ ਹੋ ਗਿਆ ਜੀ? ਨੁਕਸਾਨ 50,000 ਦਾ ਨੁਕਸਾਨ ਹੋ ਗਿਆ। ਠੀਕ ਹੈ ਜੀ, ਇਹ ਗੱਲੇ 'ਚੋਂ ਕੋਈ ਲੈ ਗਏ ਜਾਂ ਕਿੱਦਾਂ? ਜਿਹਨੂੰ ਗੱਲਾ ਚੋਰੀ ਕੀਤਾ? ਅੱਛਾ ਜੀ, ਗੱਲਾ ਭੰਨਿਆ ਸਾਢੇ 4 ਭੰਨ ਕੇ, ਗੱਲਾ ਭੰਨ ਕੇ ਅਤੇ ਨੋਟ ਨੋਟ ਇਕੱਠੇ ਕਰਕੇ 50,000 ਦਾ ਨੁਕਸਾਨ ਹੋ ਗਿਆ ਹੈਗਾ। ਭਾਣ ਛੱਡ ਗਿਆ, ਬਾਕੀ ਹੋਰ ਨੁਕਸਾਨ ਜਾਣੀ ਨੁਕਸਾਨ। ਆਪਣਾ ਨਾਂ ਬੋਲ ਦਿਓ ਜੀ। ਨਾਂ ਸੰਤ ਦਿਲਦਾਰ ਸਿੰਘ ਜੀ, ਸ੍ਰੀ ਗੁਰਦਾਸਪੁਰ। ਠੀਕ ਹੈ ਜੀ, ਮੇਰਾ ਨਾਮ ਵਰਿੰਦਰ ਬੰਗਾ, ਸੰਝਾ ਸਮਾਜ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜੀ, ਮੱਲਾ ਵਾਲਪੁਰਾ। ਸਰ ਕੀ ਵਾਕਈ ਮਾਮਲਾ ਕੀ ਆ ਸਰ? ਮਾੜਾ ਵੀ ਕਰਦੇ ਮਾਮਲਾ ਇਹ ਹੋਇਆ ਜੀ ਕਿ ਸ਼ਹਿਰ ਦੇ ਵਿੱਚ ਜਿਵੇਂ ਬਹੁਤ ਸਾਰੀਆਂ ਚੋਰੀਆਂ ਜੀ, ਲੁੱਟਾਂ ਖੋਹਾਂ ਵਾਰਦਾਤਾਂ ਹੋ ਰਹੀਆਂ, ਉਸੇ ਤਰ੍ਹਾਂ ਹੀ ਅੱਜ ਸਾਡੇ ਸ਼੍ਰੀ ਗੁਰੂ ਅਰਦਾਸ ਭਵਨ ਲਿੰਕ ਰੋਡ ਦੇ ਉੱਤੇ ਰਾਤ 2 ਵਜੇ ਦੇ ਕਰੀਬ ਚੋਰ ਦਾਖਲ ਹੋਏ ਔਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਭਵਨ ਦੇ ਵਿੱਚ ਇਹ 4th ਵਾਰਦਾਤ ਹੈ। ਅੱਜ ਤੱਕ ਪੁਲਿਸ ਜਿਹੜੀ ਹੈ, ਅਸੀਂ ਪੁਲਿਸ ਨੂੰ ਕਈ ਵਾਰੀ ਮਿਲੇ ਹਾਂ, CP ਸਾਹਿਬ ਨੂੰ ਕਈ ਵਾਰੀ ਮਿਲੇ ਹਾਂ, ਅੱਜ ਤੱਕ 4 ਚੋਰੀਆਂ ਦੀ ਕੋਈ ਵੀ ਜਿਹੜੀ ਆ ਵਾਰਦਾਤ ਹੋਈ ਹੈ ਉਹ ਟ੍ਰੇਸ ਨਹੀਂ ਪੁਲਿਸ ਕਰ ਸਕੀ।
ਔਰ ਦਿਨ ਹੋਵੇ ਪਰਸੋਂ ਚੌਥ ਇੱਕ ਮੋਟਰਸਾਈਕਲ ਅੰਦਰੋਂ ਹੀ ਗੁਰਦੁਆਰਾ ਸਾਹਿਬ 'ਚੋਂ ਕੋਈ ਚੋਰੀ ਚੱਕ ਕੇ ਲੈ ਗਿਆ ਦਿਨੇ, ਇਹ ਕਿੱਦਾਂ ਦੀ ਗੱਲ ਹੈ ਜੀ? ਇਹ ਪਰ 3-4 ਦਿਨ ਹੋ ਗਏ ਇਸ ਗੱਲ, ਉਹ ਵੀ ਟਰੇਸ ਨਹੀਂ ਹੋ ਸਕਿਆ। ਠੀਕ ਹੈ ਜੀ। ਫਿਰ ਸਾਈਕਲ ਚੱਕ ਕੇ ਫਿਰ 2 ਸਿਲੰਡਰ ਚੱਕ ਕੇ ਲੱਗੇ ਰਾਤ ਨੂੰ, ਪੁਲਿਸ ਚੋਰ ਨਹੀਂ ਪਤਾ ਲੱਗਾ। ਅੱਜ ਜਿਹੜੀ ਵਾਰਦਾਤ ਹੈ, ਬੜੀ ਚੋਰਾਂ ਦੀ ਹਿੰਮਤ ਹੈ ਕਿ ਗੁਰਦੁਆਰਾ ਸਾਹਿਬ 'ਚ ਵੜ ਕੇ ਦਰਵਾਜ਼ੇ ਨੂੰ ਧੱਕ ਕੇ ਵਿੱਚ ਅੰਦਰ ਬੰਦਾ ਵੜ ਜਾਣਾ ਔਰ ਲੰਮੇ ਪੈ ਕੇ ਆਉਣਾ ਉਹਨੇ, ਔਰ ਕੈਮਰੇ ਉੱਪਰ ਲਿਫਾਫੇ ਚੜਾ ਦੇਣੇ ਅਤੇ ਤਾਂ ਕਿ ਪਤਾ ਨਾ ਲੱਗੇ। ਉਹ ਜਿਹੜੀ ਹੈ 45-50 ਹਜ਼ਾਰ ਰੁਪਏ ਜਿਹੜਾ ਗੋਲਕ ਜਿਹੜੀ ਹੈ ਸੰਗਤਾਂ ਦੀ ਜਿਹੜੀ ਭੇਟਾ ਕੀਤੀ ਹੋਈ ਸੀ ਉਹ ਲੈ ਗਿਆ। ਕਰੀਬ ਕਿੰਨੇ ਜਾਣੇ ਸੀ ਉਹ ਜੀ? ਕੈਮਰੇ ਦੇ ਵਿੱਚ ਤਾਂ ਅੰਦਰ ਜਿਹੜਾ ਵਿਅਕਤੀ ਕੋਈ ਆਇਆ, ਹੋ ਸਕਦਾ ਬਾਹਰ ਉਹਦੇ ਸਾਥੀ ਹੋਣ, ਪਰ ਉਹਦਾ ਉਹਨਾਂ ਦਾ ਪਤਾ ਨਹੀਂ ਲੱਗਾ ਅਜੇ ਤੱਕ। ਥਾਣਾ ਕਿਹੜਾ ਪੈਂਦਾ ਜੀ? ਥਾਣਾ ਡਿਵੀਜ਼ਨ ਨੰਬਰ 6 ਪੈਂਦਾ ਜੀ। ਇਸ ਸੰਬੰਧੀ ਸ਼ਿਕਾਇਤ ਕਰਤੀ ਸੀ ਪੁਲਿਸ ਨੂੰ? ਪੁਲਿਸ ਨੂੰ ਕੰਪਲੇਂਟ ਕਰ ਚੁੱਕੀ, ਪੁਲਿਸ ਆ ਚੁੱਕੀ ਹੈ ਜੀ। ਠੀਕ ਹੈ ਜੀ। ਅਸੀਂ ਪੁਲਿਸ ਨੂੰ ਪੂਰੀ ਜ਼ੋਰ ਬੇਨਤੀ ਕਰਦੇ ਹਾਂ ਕਿ ਇਸ ਵਾਰਦਾਤ ਨੂੰ ਜਿੰਨੀ ਜਲਦੀ ਹੋ ਸਕੇ ਇਹਨੂੰ ਟਰੇਸ ਕਰਾਇਆ ਜਾਵੇ, ਨਹੀਂ ਤਾਂ ਅਸੀਂ ਜਿਹੜੀ ਪੂਰੀ ਸੰਗਤ ਲੈ ਕੇ ਥਾਣੇ 'ਤੇ ਘਰਾਓ ਕਰਾਂਗੇ, SHO ਘਰਾਓ ਕਰਾਂਗੇ, CP ਦੇ ਕੋਲ ਪੇਸ਼ ਆਵਾਂਗੇ। ਠੀਕ ਹੈ। ਜੈ ਗੁਰਦੇਵ, ਧੰਨਵਾਦ।